ਪੰਜਾਬ ਸਰਕਾਰ ਦੇ ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਆਦੇਸ਼ਾਂ ਦੇ ਬਾਅਦ ਸਿਹਤ ਵਿਭਾਗ ਪਟਿਆਲਾ ਵੱਲੋਂ ਡਾਕਟਰ ਸੰਤੋਖ ਜਿੰਦਲ ਦੀ ਟੀਮ ਨਾਭਾ ਪਹੁੰਚੀ, ਜਿੱਥੇ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਕੁਲਭੂਸ਼ਣ ਸ਼ਰਮਾ ਅਤੇ SHO ਕੋਤਵਾਲੀ ਸਰਜੀਤ ਸਿੰਘ ਚੀਮਾ ਸਮੇਤ ਪੁਲਿਸ ਫੋਰਸ ਇੱਕ ਸੰਯੁਕਤ ਟੀਮ ਬਣਾਉਂਦੇ ਹੋਏ ਸਿਵਲ ਹਸਪਤਾਲ ਦੇ ਆਸ ਪਾਸ ਕੈਮਿਸਟਰੀ ਸ਼ਾਪਸ ਉੱਤੇ ਜਾ ਕੇ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਾਅ ਨੂੰ ਲੈ ਕੇ ਇਸਤੇਮਾਲ ਕੀਤੇ ਜਾਣ ਵਾਲੇ ਮਾਸਕ ਅਤੇ ਸੈਨੇਟਾਈਜ਼ਰ ਦੇ ਰੇਟ ਅਤੇ ਰਿਕਾਰਡ ਸੰਬੰਧੀ ਜਾਂਚ ਕੀਤੀ ਗਈ। ਫਿਲਹਾਲ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦਵਾਈ ਦੁਕਾਨਦਾਰ ਠੀਕ ਰੇਟ ਉੱਤੇ ਹੀ ਵੱਖ ਵੱਖ ਕੰਪਨੀਆਂ ਦੇ ਮਾਸਕ ਅਤੇ ਸੈਨੇਟਾਈਜ਼ਰ ਵੇਚ ਰਹੇ ਨੇ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਨੇ ਦੁਕਾਨਦਾਰਾਂ ਨੂੰ ਇਸ ਵਾਇਰਸ ਵੱਲੋਂ ਬਚਾਅ ਬਾਰੇ ਜਾਗਰੂਕ ਵੀ ਕੀਤਾ। ਅੱਜ ਅਸੀਂ ਇਹ ਕੋਰੋਨਾ ਵਾਇਰਸ ਦਾ ਜਿਹੜਾ ਫੈਲ ਰਿਹਾ ਹੈਗਾ ਉਹਦੇ ਰਿਲੇਟਡ ਹੈਂਡ ਸੈਨੀਟਾਈਜ਼ਰ ਮਾਸਕ ਵਗੈਰਾ ਦਾ ਅਸੀਂ ਚੈਕਿੰਗ ਕਰਨ ਆਏ ਸੀਗੇ ਅਤੇ ਮਤਲਬ ਇਹ ਕੰਟਰੋਲ ਰੇਟ 'ਤੇ ਵੇਚ ਰਹੇ ਹਾਂ ਜਾਂ MRP ਤੋਂ ਜ਼ਿਆਦਾ ਤਾਂ ਨਹੀਂ ਵੇਚ ਰਹੇ, ਇਸ ਦੇ ਰਿਲੇਟਡ ਅਸੀਂ ਚੈਕਿੰਗ ਕਰ ਰਹੇ ਹਾਂ। ਅਸੀਂ ਇਹਨਾਂ ਦਾ ਰਿਕਾਰਡ ਚੈੱਕ ਕੀਤਾ, ਸੇਲ ਪਰਚੇਜ ਰਿਕਾਰਡ ਚੈੱਕ ਕੀਤਾ, ਇਹਨਾਂ ਸੈਨੀਟਾਈਜ਼ਰ ਦਾ ਸਾਨੂੰ ਸਾਰਾ ਰਿਕਾਰਡ ਦਿਖਾਇਆ। ਇਸ 'ਚ ਅਸੀਂ ਦੇਖਿਆ ਕਿ ਇਹਨਾਂ ਦੀ ਜਿਹੜੀ ਸੇਲ ਪ੍ਰਾਈਸ ਹੈ ਉਹ MRP ਤੋਂ ਘੱਟ ਸੀਗੀ ਅਤੇ ਇਸ ਤਰ੍ਹਾਂ ਹੀ ਅਸੀਂ ਹੋਰ ਵੀ ਚੈਕਿੰਗਸ ਕਰਨੀਆਂ ਨੇ ਅਤੇ ਅਸੀਂ ਨਾਲ ਹੀ ਹਦਾਇਤ ਵੀ ਕੀਤੀ ਹੈਗੀ ਹੈ ਸਭ ਨੂੰ ਕਿ ਆਪਣਾ ਕਿਸੇ ਪਬਲਿਕ ਨੂੰ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਅਤੇ ਮਾਸਕ, ਹੈਂਡ ਸੈਨੀਟਾਈਜ਼ਰ ਅਤੇ ਜੋ ਵੀ ਕੰਟਰੋਲ ਰੇਟ ਹੈ ਉਸ ਕੰਟਰੋਲ ਰੇਟ 'ਤੇ ਵੇਚਣ ਅਤੇ ਕੋਈ ਬਲੈਕ ਮਾਰਕੀਟ ਨਾ ਸਰ ਕੋਈ ਕਮੀ ਪੇਸ਼ੀ ਸਾਹਮਣੇ ਆਈ ਜੀ? ਨਹੀਂ, ਫਿਲਹਾਲ ਅਸੀਂ ਸ਼ੋਪ ਚੈੱਕ ਕੀਤੀ ਹੈ, ਹਾਲੇ ਇੱਥੇ ਤਾਂ ਸਾਨੂੰ ਰਿਕਾਰਡ ਸਾਰਾ ਮਿਲ ਗਿਆ, ਬਾਕੀ ਅਸੀਂ ਹੁਣ ਕੋਈ ਦੋ ਸ਼ੋਪਸ ਚੈੱਕ ਕਰਦੇ ਹਾਂ। ਦੇਖੋ ਇਹ ਹੈ ਕਿ ਜੋ MRP ਹੈ MRP ਤੋਂ ਜ਼ਿਆਦਾ ਨਹੀਂ ਇਹਨਾਂ ਨੂੰ ਸੇਲ ਕਰ ਸਕਦੇ ਸਰ, ਕੀ ਕੀ ਰੇਟ ਲਈ ਉਹ ਤਾਂ ਹਰ ਕੰਪਨੀ ਦੇ ਹਰ ਪ੍ਰੋਡਕਟ ਦੇ ਆਪਣੇ ਆਪਣੇ ਰੇਟ ਹੈਗੇ, ਉਹ ਤਾਂ ਦੇਖ ਹੀ ਰਹੇ। ਸਰ ਕੋਈ ਗੌਰਮੈਂਟ ਵੱਲੋਂ ਨਿਰਧਾਰਿਤ ਮਾਸਕ ਦਾ ਰੇਟ ਬੰਨਿਆ ਗਿਆ ਕੁਛ ਕਿਸ ਤਰ੍ਹਾਂ? ਆਵਾਜ਼ੀ ਕਮ ਟੀਵੀ ਲਈ ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ।